ਇਹ ਆਕਾਸ਼ਵਾਣੀ ਜੰਮੂ ਹੈ ਹੋਂਦ ਉਸ ਚ ਗੁਫਤਾ ਚੌਧਰੀ ਕੋਲਾ ਖਬਰਾਂ ਸੁਨੋ ਰੂਸ ਦੀ ਰਾਜਧਾਨੀ ਮਾਸਕੋ ਦੇ ਕੋਲ ਇੱਕ ਕਾਨਸਰਟ ਆਲ ਪਰਿਸਰਚ ਹਥਿਆਰਬੰਦ ਅਮਲਾਵਰੇ ਦੀ ਗੋਲਾਬਾਰੀ ਚ 60 ਲੋਕ ਮਾਰੇ ਗਏ ਨੇ ਤੇ 145 ਸ਼ਾਮਤੇ ਜ਼ਖਮੀ ਹੋਏ ਨੇ आतंकवाद गुट आईएसआईएस ਨੇ ਇੱਕ ਬਿਆਨ ਜਾਰੀ ਕਰੀ ਇਸ ਅਮਲੇ ਦੀ ਜ਼ਿੰਮੇਵਾਰੀ ਲਾਟੀ ਹੈ ਹਾਲਾਂਕਿ आईएसआईएस ਗੁੱਟ ਨੇ ਆਪਣੇ ਇਸ ਦਾਅਵੇ ਦੇ ਸਮਰਥਨ ਚ ਸਬੂਤ ਨਹੀਂ ਦਿੱਤੇ ਨਾ ਅਮਰੀਕਾ ਨੇ ਆਖਿਆ ਹੈ ਜੇ ਉਹ ਇਸ ਘਟਨਾ ਬਾਰੇ ਹੋਰ ਮਤੀ ਜਾਣਕਾਰੀ حاصل ਕਰਨ ਲਈ ਕੰਮ ਕਰ ਰਿਹਾ ਹੈ ਤੇ ਯੂਕਰੇਨ ਨੇ ਇਸ ਅਮਲੇਚ ਕੁਸੇ ਵੀ ਚਾਲੀ ਦੀ ਸ਼ਮੂਲੀਅਤ ਮਾਂ ਇਨਕਾਰ ਕਰੀ ਦਿੱਤਾ ਹੈ ਇਸ ਆਤੰਗਵਾਦੀ ਅਮਲੇ ਦੀ ਅੰਤਰਰਾਸ਼ਟਰੀ ਸੱਤਾਵਾਂ ਨਿੰਦਿਆ ਕੀਤੀ ਗਈ ਹੈ ਤੇ ਸੰਯੁਕਤ ਰਾਸ਼ਟਰ ਦੇ ਪ੍ਰਧਾਨ ਤੇ ਸੁਰੱਖਿਆ ਪਰਿਸ਼ਦ ਨੇ ਨਿਆਦੀ ਮੰਗ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀਓਰੇ ਮਾਸਕੋਚ ਉਹ ਦੇ ਆਤੰਗਵਾਦੀ ਅਮਲੇ ਦੀ ਸਖਤ ਨਿੰਦਾ ਕੀਤੀ ਹੈ ਸੋਸ਼ਲ ਮੀਡੀਆ ਤੇ ਇੱਕ ਪੋਸਟ ਉਹਨੇ ਆਖਿਆ ਹੈ ਜੇ ਸਾਰੀਆਂ ਸੰਵੇਦਨਾ ਪ੍ਰਭਾਵਿਤ ਪਰਵਾਰਾਂ ਦੇ ਕੰਨ ਨੇ ਸ਼੍ਰੀ ਮੋਦੀ ਉਹਰੇ ਆਖਿਆ ਜੇ ਭਾਰਤ ਦੁੱਖੇ ਦੀ ਇਸ ਘੜੀ ਚ ਰੂਸ ਦੀ ਸਰਕਾਰ ਤੇ ਲੋਕਾਂ ਦੇ ਕੰਨੇ ਪੂਰੀ ਤਗੜਾਈ ਕਨੇ ਖੜੋਤੇ ਦਾ ਹੈ 19 ਅਪ੍ਰੈਲ ਕੇ ਜੰਮੂ ਕਸ਼ਮੀਰ ਚ ਹੋਣੇ ਵਾਲੇ ਪਹਿਲੇ ਚਰਨ ਦੇ ਲੋਕ ਸਭਾ ਚੋਣਾਂ ਲਈ ਕੱਲ ਉਦਮਪੁਰ ਅਲਕੇ ਥਮਾ ਤਰੋਂ ਔਰ ਮੇਦਵਾਰੇ ਆਪਣੇ ਨਾਮਾਂਕਨ ਪੱਤਰ ਦਾਇਰ ਕੀਤੇ ਨਾ ਇਹਦੇ ਕੰਨੇ ਕੇ ਉਹਨ ਉਦਮਪੁਰ ਅਲਕੇ ਥਮਾ ਨਾਮਾਂਕਨ ਪੱਤਰ ਦਾਇਰ ਕਰਨੇ ਵਾਲੇ ਮੇਦਵਾਰੇ ਦੀ ਕੁੱਲ ਗਿਣਤੀ 5 ਹੋਈ ਗਈ ਹੈ ਉਹਾਂ ਨਾਮਜ਼ਦਗੀਆਂ ਭਰਨੇ ਦੀ ਖੀਰੀ ਤਰੀਕ 27 ਮਾਰਚ 2024 ਦੁਪਹਿਰੀ 3 ਵਜੇ ਤੱਕ ਹੈ ਜੰਮੂ ਦੇ ਜ਼ਿਲ੍ਹਾ ਚੋਣ ਅਧਿਕਾਰੀ ਸਚਿਨ ਕੁਮਾਰ ਵੈਸ਼ਿਆ ਔਰੇ ਕਲ ਮਤਦਾਨ ਕੇਂਦਰ ਚ ਸੁਵਿਧਾਆਂ ਦੀ ਸਮੀਖਿਆ ਕਰਨ ਲਈ ਬਿਸ਼ਨਾ ਹਰਸਪੁਰਾ ਮੜ ਖੇਤ ਦੇ ਸਮੇਤ ਪੰਨੇ ਕੰਨੇ ਲੱਗਦੇ ਇਲਾਕੇ ਸੁਚੇਤਗੜ ਦੇ ਚੱਕਰੋਈ ਦਾ ਵਿਆਪਕ ਦੌਰਾ ਲਾਇਆ ਇਸ ਦੌਰੇ ਦੌਰਾਨ ਜ਼ਿਲ੍ਹਾ ਚੋਣ ਅਧਿਕਾਰੀ ਔਰੇ ਮੜ ਉਸਕੋਸ ਤੇ ਬਿਸ਼ਨਾ ਚ ਮਤਦਾਨ ਕੇਂਦਰ ਤੇ ਸਟ੍ਰੌਂਗ ਰੂਮੇ ਦਾ ਮੁਆਇਨਾ ਕੀਤਾ ਤੇ ਉੰਦੇ ਚ ਉਪਲਬਧ ਕਰਵਾਈ ਜਾਣੇ ਵਾਲੀ ਸੁਵਿਧਾਆਂ ਦਾ ਜਾਇਜ਼ਾ ਲੇਤਾ ਉਨੇ ਅਫਸਰਾਂ ਨੇ ਚੋਣਾਂ ਦੀ ਤਾਰੀਖਾਂ ਪਹਿਲੇ ਕੇਂਦਰੇ 'ਚ ਸਫਾਈ ਯਕੀਨੀ ਬਣਾਉਣ ਲਈ ਹਦਾਇਤਾਂ ਦਿੱਤੀਆਂ ਤੇ ਖਾਸ ਤੌਰ 'ਤੇ ਬਜ਼ੁਰਗ ਮਤਦਾਤਾਵਾਂ ਲਈ ਇੰਤਜ਼ਾਮੇ ਦੇ ਮਤਵ 'ਤੇ ਵੀ ਝੋਰ ਭਰਿਆ ਡੋੜਾ ਦੇ ਜ਼ਿਲ੍ਹਾ ਚੋਣ ਅਧਿਕਾਰੀ ਹਰਵਿੰਦਰ ਸਿੰਘ ਔਰੇ ਵੀ ਜ਼ਿਲ੍ਹੇ ਦੇ મતદાન ਕੇਂਦਰਾਂ ਦਾ ਪੂਰਾ ਪੂਰਾ ਨਿਰੀਖਣ ਕੀਤਾ ਇਸ ਦੌਰੇ ਦਾ ਮਕਸਦ ਕੈਮਰੇ ਦੀ ਨਿਗਰਾਨੀ ਸੁਰੱਖਿਆ ਤੈਨਾਤੀ ਇਲੈਕਟ੍ਰੋਨਿਕ ਮਤਦਾਨ ਮਸ਼ੀਨਾ ਯਾਨੀ EVM ਜਨੇਈ ਸਹੂਲਤਾਂ ਦੀ ਯਕੀਨੀ ਬਣਾਉਣਾ ਹਾਂ ਭਾਜਪਾ ਦੀ ਜਨਤਾ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਆ ਲੋਕ ਸਭਾ ਚੁਣਾਈ ਦੇ ਮੇਦਵਾਰਾਂ ਦੀ ਪੂਰੀ ਚਾਲੀ ਕਰਨੇ ਮਨਜ਼ੂਰੀ ਦੇਣੇ ਆਸੇ ਨਵੀਂ ਦਿੱਲੀ ਚ ਪਾਰਟੀ ਦੇ ਮੁਖਿਆਲੇਚ ਬੈਠਕ ਦੇ ਅਧਿਖਸ਼ਤਾ ਕਰੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਦੇ ਰਾਸ਼ਟਰੀ ਅਧਿਕਾਰੀ ਜੇਪੀ ਨੱਡਾ ਗ੍ਰਹਿ ਮੰਤਰੀ ਅਮਿਤ ਸ਼ਾ ਉਂਦੇ ਕੰਨੇ ਕਮੇਟੀ ਦੇ ਸਦਸੇ ਦੇ ਰਾਜ ਦੇ ਪਦ ਅਧਿਕਾਰੀ ਵੀ ਸ਼ਾਮਲ ਹੋਣਗਣ ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ ਨੇ ਕਲ ਪਾਣੀ ਦੀ ਬਚਤ ਦੇ ਸਨਕਸ਼ਨ ਦੇ ਮਤਵ ਪਰ ਲੋਪਾਈ। ਉਹਨੇ ਪਾਣੀ ਦੇ ਇਸਤੇਮਾਲ ਦੀ ਦਿਸ਼ਾ ਚ ਪਾਣੀ ਦੀ ਲੋੜ ਤੇ ਨਿੱਕੀਆਂ ਨਿੱਕੀਆਂ ਗਈਆਂ ਪੁੱਟਨੇ ਜੀਆਂ ਬਰਖਾ ਦੇ ਪਾਣੀ ਦੀ ਇਕੱਠਾ ਕਰਨਾ, ਪਾਣੀ ਦਾ ਘੱਟ ਇਸਤੇਮਾਲ ਕਰਨਾ ਜਨੀਆਂ ਗਈਆਂ ਪਰ ਜ਼ੋਰ ਪਰਿਆ। ਉਹਨੇ ਇੱਕ ਗੱਲ ਵਿਸ਼ਵ ਜਲ ਦਿਵਸ ਦੇ ਮੌਕੇ ਪਰ ਇੰਸਟੀਚਿਊਨ ਆਫ ਇੰਜੀਨੀਅਰਸ ਆਸਿਆ ਆਯੋਜਿਤ ਇੱਕ ਕਾਰਜਕ੍ਰਮ ਚ ਆਖੀ। ਕੇਂਦਰੀ ਮਾਧਿਮਿਕ ਸਿੱਖਿਆ ਬੋਰਡ CBSE ਨੇ ਨੀਮੇ ਗਿ ਨਈ ਮੰਨਨੇ ਤੇ ਗਲਤ ਤਰੀਕੇ ਕੰਨੇ ਕੰਮ ਕਰਨੇ ਚ ਸ਼ਾਮਲ ਬੀ ਸਕੂਲਾਂ ਦੀ ਬੋਰਡ ਨੇ ਕੰਨੇ ਮਾਨਤਾ ਰੱਦ ਕਰੀ ਦਿੱਤੀ ਹੈ ਇਨੇ ਸਕੂਲਾਂ ਚ ਜੰਮੂ ਕਸ਼ਮੀਰ ਦੇ ਕਟੂਆ ਜ਼ਿਲ੍ਹੇ ਦਾ ਕਰਤਾਰ ਪਬਲਿਕ ਸਕੂਲ ਵੀ ਸ਼ਾਮਲ ਹੈ CBSE ਆਸਿਆਂ ਜਾਰੀ ਅਦੀ ਸੂਚਨਾ ਚਾੱਕਿਆ ਗਿਆ ਹੈ ਜੇ ਇਨੇ ਸਕੂਲਾਂ ਖਿਲਾਫ ਇੱਕ ਕਾਰਵਾਈ ਹੁੰਦੇ ਆਸਿਆਂ ਬੋਰਡ ਦੇ ਨੀਮੇ ਦੀ ਅੰਦੀਖੀ ਕਰਨੇ ਤੇ ਉੰਦੀ ਪਾਲਮਾ ਕਰਨੇ ਚ ਜ਼ਬਰਦਸ ਲਾਹਗਰਜ਼ੀ ਬਰਤਨੇ ਦੀ ਸ਼ਿਕਾਇਤਾਂ ਦੀ ਤਸਦੀਕ ਉਹਨੇ ਦੇ ਬਾਅਦ ਕੀਤੀ ਗਈ ਹੈ CBSE ਨੇ ਆਖਿਆ ਜੇ ਸਕੂਲ ਜਿਹੜੀ ਕਿਸਮ ਦੀਆਂ ਅਨਿਯਮਤਾਈਆਂ ਪਰ ਚਲਾ ਕਰਦੇ ਹੈ ਉੰਦੇ ਚ ਡਮੀ ਸਟੂਡੈਂਟਸ ਯਾਨੀ ਸਕੂਲ ਨਹੀਂ ਆਏ ਦੇ ਕਿਛ ਬੱਚੇਂ ਕੀ ਸਕੂਲ ਚ ਆਜ਼ਰ ਦਸਨਾ ਅਯੋਗ ਬੱਚੇਂ ਕੀ ਦਾਖਲਾ ਦੇਨਾ ਰਿਕਾਰਡ ਸਹੀ ਚਾਲੀ ਨਹੀਂ ਬਣਾਈ ਰੱਖਣਾ ਵਗੈਰਾ ਸ਼ਾਮਲ ਜਿਨੇ ਕੀ ਧਿਆਨਾ ਚ ਰੱਖਦੇ ਹੋਈ ਸਕੂਲ ਦੀ ਮਾਨਤਾ ਰੱਦ ਕੀਤੀ ਗਈ ਹੈ ਤੇ ਕਈਆਂ ਦਾ ਦਰਜਾ ਵੀ ਕਟਾਇਆ ਗਿਆ ਹੈ ਉ ਆਮ ਨਾ ਮੇ ਅਕੈਡਮਿਕ ਸੈਸ਼ਨ ਥਮਾ ਪਹਿਲੇ ਜੰਮੂ ਦੇ ਮੋਟਰ ਕਾ ਡਿਵੀਜ਼ਨ ਮੰਡੀ ਮੈਕ ਮ ਆਸਿਆ ਜੰਮੂ ਚ ਸਕੂਲੀ ਬੱਸਾਂ ਦੀ ਸੁਰੱਖਿਆ ਸਰੰਦੀ ਜਾਂਚ ਕੀਤੀ ਜਾਗ मोटर गड्डिय संबंधी मैहकमें ने एक बार फी सब ने स्कूली अधिकारियों की अपील की जो स्कूली बच्चे सुरक्षा की बढ़ावा देने महकमे आसिया जारी गए सुरक्षा संबंधी बनाए गए नियमें लागू कर मैहमे ने आख्या है जो स्कूल अधिकारियों गैर गंभीर रवैये कख्ती जाग जा स्कूली बच्चे स्कूली बसें जब्त भी किया जाता है ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਸੰਸਕਰਣ ਦੇ ਸ਼ੁਰੂਆਤੀ ਮੈਚ ਚੇਨਈ ਸੁਪਰ ਕਿੰਗ ਨੇ ਰਾਇਲ ਚੈਲੰਜਰ ਬੰਗਲੌਰ ਦੀ 6 ਵਿਕਟਾਂ ਕਨੇ ਹਰਾਈ ਦਿੱਤਾ ਹੈ ਇਹ ਮੈਚ ਜੰਦੀ ਰਾਤੀ ਚੇਨਈ ਚ ਖੇਡਿਆ ਗਿਆ ਹਾ 174 ਰਨਜੇ ਦੇ ਲਕਸ਼ੇ ਦਾ ਪਿੱਛਾ ਕਰਦੇ ਹੋਏ ਚੇਨਈ ਸੁਪਰ ਕਿੰਗਸ ਨੇ 6 ਵਿਕਟਾਂ ਦੇ 8 ਬਾਲਾਂ ਦੇ ਬਕਾਇਆ ਰੋਣੇ ਪਰ ਜਿੱਤ ਹਾਸਲ ਕਰ ਲਈ ਦਰਜਿੰਦਰ ਰਵਿੰਦਰ ਨੇ ਚੇਨਈ ਲਈ 15 ਬਾਲਾਂ ਚ 37 ਰਨ ਬਣਾਏ ਪਹਿਲੇ ਬੱਲੇਬਾਜ਼ੀ ਦਾ ਫੈਸਲਾ ਕਰਦੇ ਹੋਏ ਰਾਇਲ ਚੈਲੰਜਰ ਬੰਗਲੌਰਸ ਨੇ 20 ਓਵਰਾਂ ਚ 6 ਵਿਕਟਾਂ ਆ ਮੌਈਏ 177 ਰੰਜ ਬਣਾਏ ਟਰਨਮੈਂਟ ਦੀ ਸ਼ੁਰੂਆਤ ਕੱਲ ਸਨਿਆ ਐਮ ਚਦਮ ਰਮ ਸਟੇਡੀਅਮ ਚ ਹੋਈ ਅੱਜ ਪੰਜਾਬ ਕਿੰਗਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਕਰਨੇ ਮੁਹਾਲੀ ਦੁਪਹਿਰ 3:30 ਵਜੇ ਸ਼ੁਰੂ ਹੋਗ ਤੇ ਦੂਈਪਕੀ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਸਨਰਾਈਜ਼ਰ ਹైదరాబాద్ ਕਰਨੇ ਕੋਲਕਾਤਾ 7:00 ਵਜੇ ਹੋਗ ਇਹਦੇ ਕੰਨੇ ਕੇ ਖਬਰਾਂ ਦਾ ਬੁਲੇਟਿਨ ਸਮਾਪਤ ਹੋਆ